ਬੜੀ ਮੰਦਭਾਗੀ ਜਿਹੜੀ ਇਹ ਗੱਲ ਸੁਣਨ ਨੂੰ ਮਿਲੀ ਹੈ। ਇੱਕ ਪਾਸੇ ਇੰਡੋ ਚਾਈਨਾ ਬਾਰਡਰ ਦੇ ਉੱਤੇ ਭਾਰਤੀ ਫੌਜ ਦੇ ਵਿੱਚ ਸ਼ਾਮਲ ਸਿੱਖ ਨੌਜਵਾਨ ਚੀਨ ਵੱਲੋਂ ਜਿਹੜੇ ਵੰਗਾਰ ਪਾਈ ਜਾ ਰਹੀ ਹੈ ਉਹਦਾ ਬਾਖੂਬੀ ਜਿਹੜਾ ਹੈ ਉਹ ਜਵਾਬ ਦੇ ਰਹੇ, ਅਤੇ ਦੂਜੇ ਪਾਸੇ ਖਾਸ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ ਪੂਰਬੀ ਸਟੇਟਾਂ ਨੇ ਭਾਰਤ ਦੇ ਅੰਦਰ, ਉਹਨਾਂ ਦੇ ਵਿੱਚ ਜਿਹੜੇ ਸਿੱਖ ਨਿਸ਼ਾਨ ਹੈ, ਇਤਿਹਾਸਕ ਸਥਾਨ ਹੈ, ਉਹਨਾਂ ਨੂੰ ਖਤਮ ਕਰਨ ਦਾ ਯਤਨ ਹੋ ਰਿਹਾ। ਇਹ ਬੜੀ ਵੱਡੀ ਚਿੰਤਾ ਵਾਲੀ ਗੱਲ ਹੈ। ਕੌਣ ਲੋਕ ਹੈ ਜਿਹੜੇ ਸਥਾਨਕ ਲੋਕਾਂ ਨੂੰ ਭੜਕਾ ਕੇ ਸਿੱਖ ਧਾਰਮਿਕ ਸਥਾਨਾਂ ਨੂੰ ਖਤਮ ਕਰਨ ਦਾ ਜਾਂ ਕਰਵਾਉਣ ਦਾ ਯਤਨ ਕਰ ਰਹੇ ਆ? ਇਹਦੀ ਭਾਰਤ ਸਰਕਾਰ ਨੂੰ ਬੜੀ ਗੰਭੀਰਤਾ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ। ਸ਼ਿਲੌਂਗ ਦੇ ਵਿੱਚ ਇੱਕ ਸਿੱਖ ਬਸਤੀ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲਿਆ ਆ ਰਿਹਾ, ਉਹਦੇ ਵਿੱਚ ਵੀ ਕੁਝ ਸ਼ਰਾਰਤੀ ਜਿਹੜੇ ਤੱਤਵ ਨੇ ਉਹ ਸਥਾਨਕ ਲੋਕਾਂ ਨੂੰ ਸਿੱਖਾਂ ਦੇ ਖਿਲਾਫ਼ ਭੜਕਾ ਰਹੇ ਨੇ। ਡਾਂਗ ਮਾਰਗ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਅਸਥਾਨ ਹੈ, ਉਹਨੂੰ ਜਿਹੜਾ ਖਤਮ ਕੀਤਾ ਗਿਆ, ਉੱਥੇ ਵੀ ਸਥਾਨਕ ਲੋਕਾਂ ਨੂੰ ਜਿਹੜਾ ਹੈ ਸਿੱਖਾਂ ਦੇ ਖਿਲਾਫ਼ ਭੜਕਾਇਆ ਜਾ ਰਿਹਾ ਔਰ ਭੜਕਾ ਕੇ ਜਿਹੜਾ ਡਾਂਗ ਮਾਰਗ ਅਸਥਾਨ ਜਿਹੜਾ ਹੈ ਉਹਨੂੰ ਕੈਪਚਰ ਕਰਨ ਦਾ ਯਤਨ ਹੋਇਆ। ਅਤੇ ਹੁਣ ਫਿਰ ਅਰੁਣਾਚਲ ਪ੍ਰਦੇਸ਼ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਅਸਥਾਨ ਹੈ, ਉਸ ਅਸਥਾਨ ਨੂੰ ਜਿਹੜਾ ਹੈ ਉਹ ਖਤਮ ਕਰਨ ਦਾ ਕੋਝਾ ਯਤਨ ਜਿਹੜਾ ਹੈ ਉਹ ਕੀਤਾ ਗਿਆ, ਔਰ ਇਹਦੇ ਵਿੱਚ ਉੱਥੋਂ ਦੀ ਸਰਕਾਰ ਵੀ ਜਿਹੜੀ ਹੈ ਉਹ ਸਥਾਨਕ ਲੋਕਾਂ ਦੇ ਦਬਾਅ ਦੇ ਵਿੱਚ ਆ ਕੇ ਇਸ ਕਾਰਜ ਦੇ ਵਿੱਚ ਸ਼ਾਮਲ ਹੋ ਜਾਂਦੀ ਹੈ। ਅਤੇ ਸਥਾਨਕ ਲੋਕਾਂ ਨੂੰ ਕੌਣ ਭੜਕਾ ਰਿਹਾ ਇਹਦੀ ਵੱਡੇ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਭਾਰਤ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ। ਕਿਤੇ ਚੀਨ ਦੇ ਬਾਰਡਰ ਦੇ ਉੱਤੇ ਸਾਡੇ ਲੜ ਰਹੇ ਸਿੱਖ ਨੌਜਵਾਨਾਂ ਨੂੰ ਡਿਮੈਰੋਲਾਈਜ਼ ਕਰਨ ਵਾਸਤੇ ਤਾਂ ਇਹ ਸਭ ਕੁਝ ਨਹੀਂ ਹੋ ਰਿਹਾ, ਇਹਦੀ ਬੜੀ ਗੰਭੀਰਤਾ ਦੇ ਨਾਲ ਭਾਰਤ ਸਰਕਾਰ ਜਾਂਚ ਕਰੇ ਅਤੇ ਜਿਹੜਾ ਅਰੁਣਾਚਲ ਪ੍ਰਦੇਸ਼ ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਹੈ ਉਹਨੂੰ ਬਹਾਲ ਕਰੇ ਭਾਰਤ ਸਰਕਾਰ, ਤਾਂ ਕਿ ਸਾਡੇ ਸੈਨਿਕਾਂ ਦੇ ਵੀ ਹੌਸਲੇ ਬੁਲੰਦ ਰਹਿਣ ਔਰ ਸਾਡੀ ਕੌਮ ਦੇ ਵੀ ਹੌਸਲੇ ਜਿਹੜੇ ਆ ਉਹ ਬੁਲੰਦ ਰਹਿਣ। ਮੈਂ ਬਸ ਇਹੋ ਹੀ ਕਹਿਣਾ ਚਾਹਾਂਗਾ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਜੋ ਵੀ ਇਹ ਘਟਨਾ ਵਾਪਰੀ ਹੈ ਬਹੁਤ ਮੰਦਭਾਗੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਲੈਵਲ ਦੇ ਉੱਤੇ ਯਤਨ ਕਰ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਅਸੀਂ ਕਿਹਾ ਕਿ ਉਹ ਫੌਰੀ ਤੌਰ ਦੇ ਉੱਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਆਪਣੀ ਇੱਕ ਟੀਮ ਭੇਜੇ ਜਿਹੜੀ ਜਾ ਕੇ ਉਹ ਸਾਰਾ ਉੱਥੇ ਮੁਆਇਨਾ ਕਰੇ ਕਿ ਇਹ ਮਾਮਲਾ ਜਿਹੜਾ ਹੈ ਉਹ ਕਿਵੇਂ ਹੋਇਆ, ਕਿਉਂ ਹੋਇਆ, ਕੀ ਕਾਰਨ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੇ ਪੱਧਰ ਦੇ ਉੱਤੇ ਪੜਤਾਲ ਕਰਾਏਗੀ, ਲੇਕਿਨ ਭਾਰਤ ਸਰਕਾਰ ਨੂੰ ਖਾਸ ਤੌਰ ਦੇ ਉੱਤੇ ਪੂਰਬੀ ਸਟੇਟਾਂ ਦੇ ਵਿੱਚ ਸਿੱਖਾਂ ਨੂੰ ਡਿਮੈਰੋਲਾਈਜ਼ ਕਰਨ ਵਾਸਤੇ ਸਿੱਖ ਅਸਥਾਨਾਂ ਦੇ ਨਾਲ ਛੇੜਛਾੜ ਕਰਨ ਦਾ ਜਿਹੜਾ ਯਤਨ ਹੋ ਰਿਹਾ ਇਹਦੀ ਗੰਭੀਰਤਾ ਦੇ ਨਾਲ ਪੜਤਾਲ ਕਰਨ ਦੀ ਜ਼ਰੂਰਤ ਹੈ।